ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਚੋਨਾ ਲਾਉਣ ਦਾ ਸਮਾਂ ਜਿਹੜਾ ਬਿਲਕੁਲ ਲਾਗੇ ਆਉਂਦਾ ਜਾਂਦਾ ਹੈ ਤੇ ਇੱਥੇ ਆਪਾਂ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੈ ਕੁਝ ਆਪਾਂ ਖਾਦਾਂ ਦੀ ਜਿਹੜੀ ਵਰਤੋਂ ਕਰਨੀ ਹੈ ਚੋਨਾ ਲਾਉਣ ਤੋਂ ਬਾਅਦ ਦੇ ਵਿੱਚ ਅਕਸਰ ਆਪਾਂ ਨੂੰ ਦਿੱਕਤਾਂ ਆਉਦੀਆਂ ਨੇ ਚੋਨੇ ਦਾ ਫਟਾਰਾ ਨਹੀਂ ਹੁੰਦਾ ਫੋੜ ਜਿਹੜੀ ਚੰਗੀ ਨਹੀਂ ਹੁੰਦੀ ਤੇ ਫਿਰ ਉੱਪਰ ਆਪਾਂ ਕਈ ਤਰ੍ਹਾਂ ਦਾ ਜ਼ੋਰ ਦਿੰਨੇ ਆ ਕਈ ਕੁਝ ਉਹਦੇ ਵਿੱਚ ਪਾਉਨੇ ਆ ਪਰ ਉਹ ਦਿੱਕਤਾਂ ਜਿਹੜੀਆਂ ਉਹ ਹੱਲ ਨਹੀਂ ਹੁੰਦੀਆਂ ਪਰ ਇਸ ਚੀਜ਼ ਦਾ ਹੱਲ ਜੇ ਆਪਾਂ ਹੁਣ ਕਦੂ ਕਰਨ ਸਮੇਂ ਚੋਨਾ ਲਾਉਣ ਤੋਂ ਪਹਿਲਾਂ ਜੇ ਆਪਾਂ ਇਸ ਚੀਜ਼ ਦਾ ਹੱਲ ਕਰ ਲੈਨੇ ਆ ਕੁਝ ਕੁ ਛੋਟੀਆਂ ਛੁੱਟੀਆਂ ਗੱਲਾਂ ਦੇ ਉੱਪਰ ਧਿਆਨ ਦੇਣੇ ਆ ਕੁਝ ਖਾਦਾਂ ਦੀ ਵਰਤੋਂ ਆਪਾਂ ਇੱਥੇ ਕਰਦੇ ਆ ਤੇ ਆਪਣੇ ਚੋਨੇ ਦਾ ਫਟਾਰਾ ਜਿਹੜਾ ਬਹੁਤ ਵਧੀਆ ਹੋਵੇਗਾ ਆਪਾਂ ਨੂੰ ਦਿੱਕਤਾਂ ਜਿਹੜੀਆਂ ਅੱਗੇ ਜਾ ਕੇ ਝੋਨੇ ਦੇ ਵਿੱਚੋਂ ਘਟ ਦੇਖਣ ਨੂੰ ਮਿਲਣਗੀਆਂ ਤੇ ਖਰਚਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਆਪਣਾ ਜ਼ਰੂਰ ਬਚੇਗਾ ਆਪਾਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੇ ਕੋਈ ਨਵੇਂ ਜ਼ਿੰਮੇਦਾਰ ਪਹਿਲੀ ਵਾਰੀ ਆਪਣੇ ਚੈਨਲ ਤੱਕ ਪਹੁੰਚੇ ਨੇ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਾ ਇੱਕ ਜਿਹੜਾ ਬੈਲ ਦਾ ਬਟਨ ਹੈ ਤੁਸੀਂ ਦਬਾ ਲਓ ਤਾਂ ਜੋ ਹੋਰ ਅੱਗੇ ਤੋਂ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਚੋਨਾ ਲਾਉਣ ਸਮੇਂ ਜਿਆਦਾਤਰ ਜਿਹੜੇ ਜ਼ਿਮੀਦਾਰ ਨੇ ਖਾਦਾਂ ਦੇ ਉੱਪਰ ਧਿਆਨ ਨਹੀਂ ਦਿੰਦੇ ਖਾਦਾਂ ਵਰਤਦੇ ਨਹੀਂਗੇ ਪਾਉਂਦੇ ਨਹੀਂਗੇ ਉਹਦੇ ਤੋਂ ਬਾਅਦ ਦੇ ਵਿੱਚ ਚੋਨਾ ਜਦੋਂ 8-10 ਦਿਨਾਂ ਦਾ ਹੋ ਜਾਂਦਾ ਹੈ ਤਾਂ ਉਦੋਂ ਜਾ ਕੇ ਆਪਾਂ ਜ਼ੋਰ ਲਾਉਣਾ ਜਿਹੜਾ ਸ਼ੁਰੂ ਕਰਦੇ ਆਂ ਜਾਂ ਫਿਰ ਦੂਸਰੇ ਨੰਬਰ ਦੇ ਉਹ ਜ਼ਿਮੀਦਾਰ ਹੁੰਦੇ ਨੇ ਜਿਹੜੇ ਕਦੂ ਕਰਨ ਸਮੇਂ ਖਾਦਾਂ ਪਾਉਂਦੇ ਤੇ ਹੈਗੇ ਨੇ ਪਰ ਉਹ ਪਾਉਣ ਸਮੇਂ ਆਪਾਂ ਕੋਈ ਗਲਤੀਆਂ ਕਰ ਲੈਨੇ ਆਂ ਜਾਂ ਤਾਂ ਕਦੂ ਕਰਨ ਤੋਂ ਪਹਿਲਾਂ ਪਾ ਲੈਂਦੇ ਨੇ ਜਾਂ ਫਿਰ ਆਪਾਂ ਬਾਅਦ 'ਚ ਪਾ ਲੈਂਦੇ ਨੇ ਪਰ ਦੋਵੇਂ ਹੀ ਤਰੀਕੇ ਜਿਹੜੇ ਨੇ ਉਹ ਗਲਤ ਨੇ ਨਾ ਤਾਂ ਕਦੂ ਕਰਨ ਤੋਂ ਪਹਿਲਾਂ ਆਪਾਂ ਖਾਦਾਂ ਪਾਉਣੀਆਂ ਨੇ ਤੇ ਨਾ ਹੀ ਬਾਅਦ ਚ ਪਾਉਣੀਆਂ ਨੇ ਕੁਝ ਆਪਾਂ ਤੁਹਾਨੂੰ ਤਰੀਕੇ ਦੱਸਦਿਆਂ ਆਪਣੇ ਵੱਲੋਂ ਜਿਹੜੇ ਵਰਤੇ ਗਏ ਨੇ ਸਭ ਤੋਂ ਪਹਿਲੇ ਨੰਬਰ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਆਪਣੇ ਕੋਲ ਬਹੁਤ ਸੋਹਣਾ ਇੱਕ ਟਾਈਮ ਸੀ ਇੱਕ ਸਮਾਂ ਸੀ ਕਿ ਜੇ ਆਪਾਂ ਆਪਣੀ ਜ਼ਮੀਨ ਦੀ ਆਪਣੀ ਮਿੱਟੀ ਦੀ ਪਰਖ ਕਰਵਾ ਲੈਂਦੇ ਜਾਂਚ ਕਰਵਾ ਲੈਂਦੇ ਤਾਂ ਆਪਣਾ ਸਾਰਾ ਸੀਜ਼ਨ ਜਿਹੜਾ ਬਹੁਤ ਜ਼ਿਆਦਾ ਸੌਖਾ ਲੰਗੜਾ ਸੀ ਆਪਾਂ ਨੂੰ ਪਤਾ ਲੱਗ ਜਾਣਾ ਸੀ ਕਿ ਕਿਹੜੀ ਚੀਜ਼ ਦੀ ਕਮੀ ਹੈ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਝੋਨੇ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਖਾਦਾਂ ਜਿਹੜੀਆਂ ਕਦੋਂ-ਕਦੋਂ ਪਾਉਣੀਆਂ ਨੇ ਜੇ ਆਪਾਂ ਜਾਂਚ ਨਹੀਂ ਕਰਵਾ ਸਕੀਏ ਤਾਂ ਜਿਹੜੇ ਆਪਣੇ ਦੋ-ਤਿੰਨ ਮੇਨ ਜਿਹੜੇ ਤੱਤ ਨੇ ਨਾ ਉਹਨਾਂ ਦੇ ਉੱਪਰ ਤੁਸੀਂ ਧਿਆਨ ਜ਼ਰੂਰ ਦੇਣਾ ਹੈ ਤੇ ਦੇਣਾ ਵੀ ਕੁਝ ਬ੍ਰੀਕੀ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਜ਼ਰੂਰ ਯਾਦ ਰੱਖਣਾ ਹੈ ਸਭ ਤੋਂ ਪਹਿਲੇ ਨੰਬਰ ਤੇ ਸੁਪਰ ਪਾਉਣ ਦੇ ਬਾਰੇ ਕੋਈ ਜ਼ਿੰਮੇਵਾਰ ਜਿਹੜੇ ਨੇ ਸੁਪਰ ਝੋਨੇ ਦੇ ਵਿੱਚ ਪਾਉਂਦੇ ਨੇ ਕਦੋਂ ਕਰਨ ਸਮੇਂ ਜਾਂ ਝੋਨਾ ਲੱਗਣ ਤੋਂ ਇੱਕ-ਦੋ ਦਿਨ ਬਾਅਦ ਦੇ ਵਿੱਚ ਪਰ ਸੁਪਰ ਦੇ ਇੰਨੇ ਕੋਈ ਜ਼ਿਆਦਾ ਵਧੀਆ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਨਹੀਂ ਮਿਲਦੇ ਚੋਨੇ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਫਟਾਰਾ ਜਦੋਂ ਚੋਨਾ ਚੱਲਦਾ ਹੈ ਜਦੋਂ ਜੜਾਂ ਲੱਗਦੀਆਂ ਨੇ ਜੜਾਂ ਲੱਗਣ ਸਮੇਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਫਾਸਫੋਰਸ ਤੇ ਨਾਈਟ੍ਰੋਜਨ ਨਾਈਟ੍ਰੋਜਨ ਦੇ ਵਿੱਚ ਨਾ ਕੁਝ ਉਲਝਣਾ ਜ਼ਰੂਰ ਨੇ ਇਹਨੂੰ ਲੈ ਕੇ ਸਾਇੰਟਿਸਟਾਂ ਦੇ ਵਿੱਚ ਕਿ ਇਸ ਸਮੇਂ ਜ਼ਰੂਰਤ ਨਹੀਂ ਹੁੰਦੀ ਪਰ ਜਿਹੜੀਆਂ ਚੋਨਿਆਂ ਦੇ ਵਿੱਚ ਕਦੂ ਕਰਨ ਸਮੇਂ ਨਾਈਟ੍ਰੋਜਨ ਯਾਨੀ ਕਿ ਯੂਰੀਆ ਪਾਈ ਜਾਂਦੀ ਹੈ ਨਾ ਉਦਾ ਫਟਾਰਾ ਸਾਰੇ ਬਾਕੀ ਜਿੰਨੇ ਵੀ ਝੋਨੇ ਨੇ ਉਹਨਾਂ ਦੇ ਨਾਲੋਂ ਵੱਖਰਾ ਹੀ ਆਪਾਂ ਨੂੰ ਪੂਰੇ ਸੀਜ਼ਨ ਉਹ ਝੋਨਾ ਜਿਹੜਾ ਆਪਾਂ ਨੂੰ ਉਹ ਦੇਖਣ ਨੂੰ ਮਿਲਦਾ ਖਰਚਾ ਘੱਟ ਹੁੰਦਾ ਤੇ ਵੱਖ-ਵੱਖ ਖਾਦਾਂ ਜਿਹੜੀਆਂ ਆਪਾਂ ਨੂੰ ਉਪਰ ਫਿਰ ਪੈਕਟ ਜਿਹੜੇ ਆ ਉਹਦੇ ਵਿੱਚ ਘੱਟ ਪਾਉਣੇ ਪੈਂਦੇ ਨੇ ਸੋ ਮੇਨ ਜਿਹੜੀਆਂ ਆਪਾਂ ਖਾਦਾਂ ਪਾ ਸਕਦੇ ਹਾਂ ਫਾਸਫੋਰਸ ਦੇ ਲਈ ਆਪਾਂ ਡੀਏਪੀ ਇੱਕ ਇਕੜ ਦੇ ਹਿਸਾਬ ਦੇ ਨਾਲ 15 ਤੋਂ 20 ਕਿਲੋ ਡੀਏਪੀ ਇਹਦੇ ਨਾਲ 10 ਕਿਲੋ ਪੋਟਾਸ਼ ਜੇ ਆਪਾਂ ਨਾਲ ਪਾ ਲੈਨੇ ਆ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਬਹੁਤ ਜ਼ਿਆਦਾ ਬੈਨੀਫਿਟ ਵਾਲੀ ਗੱਲ ਹੈ ਤੇ 30 ਤੋਂ 32 ਕਿਲੋ ਯੂਰੀਆ ਯੂਰੀਆ ਦੇ ਵਿੱਚ ਜ਼ਰੂਰ ਤੁਸੀਂ ਇੱਕ ਜਿਹੜੀ ਚੀਜ਼ ਆ ਨੋਟ ਕਰ ਲੈਣੀ ਹੈ ਕਿ ਜਿਨ੍ਹਾਂ ਨੇ ਬਾਸਮਤੀਆਂ ਲਾਉਣੀਆਂ ਨੇ ਨਾ ਉਹ ਯੂਰੀਆ ਨੂੰ ਛੱਡ ਸਕਦੇ ਨੇ ਤੇ ਬਾਕੀ ਜਿਹੜੇ ਦੋ ਤੱਤ ਨੇ ਜਿਹੜੇ ਫਾਸਫੋਰਸ ਦੇ ਲਈ ਡੀਪੀ ਤੇ ਪੋਟਾਸ਼ ਐਮਓਪੀ ਜਿਹੜੀ ਹੈ ਆਪਣੀ ਉਹ ਜਿਹੜੀਆਂ ਦੋ ਚੀਜ਼ਾਂ ਤੁਸੀਂ ਪਾ ਸਕਦੇ ਹੋ ਤੇ ਜੇ ਤੁਸੀਂ ਚੋਨਾ ਲਾਉਣਾ ਹੈ ਤਾਂ ਫਿਰ ਤੁਸੀਂ ਨਾਲ 30 ਤੋਂ 32 ਕਿਲੋ ਯੂਰੀਆ ਜਿਹੜੀ ਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਪਾਉਣੀ ਹੈ ਹੁਣ ਗੱਲ ਆਉਂਦੀ ਹੈ ਸਭ ਤੋਂ ਜਿਹੜੀ ਜ਼ਿਆਦਾ ਜ਼ਰੂਰੀ ਗੱਲ ਹੈ ਨਾ ਕਿ ਪਾਉਣੀ ਕਦੋਂ ਹੈ ਪਾਉਣ ਲੱਗਿਆਂ ਜੇ ਆਪਾਂ ਗਲਤੀ ਕਰਦੇ ਆਂ ਖਲਾਰਨ ਲੱਗਿਆਂ ਗਲਤੀ ਕਰਦੇ ਆਂ ਤਾਂ ਫਿਰ ਪਾਉਣ ਦਾ ਕੋਈ ਬੈਨੀਫਿਟ ਹੁੰਦਾ ਨਹੀਂ ਹੈ ਕਈ ਵਾਰੀ ਆਪਾਂ ਇਹ ਜਿਹੜੇ ਹਿਸਾਬ ਕਿਤਾਬ ਨੇ ਉਹ ਲਾਏ ਨੇ ਇਹ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਪਾਉਣੀਆਂ ਨੇ ਤਾਂ ਕੱਦੂ ਕਰਨ ਸਮੇਂ ਜਦੋਂ ਆਪਾਂ ਹੱਲਾ ਵਾਹ ਲੈਣੀਆਂ ਨੇ ਜਾਂ ਰੂਟਾਵੇਟਰ ਦੇ ਨਾਲ ਆਪਾਂ ਕੱਦੂ ਕਰਨਾ ਹੈ ਤਾਂ ਰੂਟਾਵੇਟਰ ਫੇਰਨ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਹੱਲਾ ਫੇਰ ਲੀਆਂ ਉਹਦੇ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਖਿਲਾਰ ਦੇਣੀਆਂ ਨੇ ਤੇ ਉੱਪਰੋਂ ਆਪਾਂ ਸੁਹਾਗਾ ਜਿਹੜਾ ਉਹ ਮਾਰ ਦੇਣਾ ਹੈ ਸੁਹਾਗਾ ਮਾਰਨ ਤੋਂ ਬਾਅਦ ਦੇ ਵਿੱਚ ਵੀ ਨਹੀਂ ਪਾਉਣੀਆਂ ਤੇ ਹੱਲਾ ਫੇਰਨ ਤੋਂ ਯਾਨੀ ਕਿ ਕੱਦੂ ਕਰਨ ਤੋਂ ਪਹਿਲਾਂ ਵੀ ਆਪਾਂ ਇਹ ਜੜੀਆਂ ਚੀਜ਼ਾਂ ਨਹੀਂ ਪਾਉਣੀਆਂ ਜੇ ਤੁਸੀਂ ਸੁਹਾਗੇ ਤੋਂ ਪਹਿਲਾਂ ਪਾਉਂਦੇ ਹੋ ਤਾਂ ਤੁਹਾਨੂੰ ਕਿਤੇ ਜ਼ਿਆਦਾ ਵਧੀਆ ਬੈਨੀਫਿਟ ਜਿਹੜੇ ਆ ਉਹ ਦੇਖਣ ਨੂੰ ਇਹਨਾਂ ਤੋਂ ਮਿਲਣਗੇ ਪੌਦੇ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹਨਾਂ ਤੱਤਾਂ ਦੀ ਜਿਹੜੀ ਇਹ ਜ਼ਰੂਰਤ ਪੈਂਦੀ ਹੈ ਖਾਸ ਕਰਕੇ ਫਾਸਫੋਰਸ ਤੇ ਉਹਦੇ ਤੋਂ ਬਾਅਦ ਦੇ ਵਿੱਚ ਕਮੀ ਸਟਾਰਟ ਹੁੰਦੀ ਹੈ ਨਾਈਟ੍ਰੋਜਨ ਦੀ ਪਰ ਇਹ ਜਿਹੜੇ ਤੱਤ ਨੇ ਜੇ ਆਪਾਂ ਉਹਨੂੰ ਕਾੜ ਆਉਣ ਹੀ ਨਹੀਂ ਦਿੰਦੇ ਨਾਲ ਦੀ ਨਾਲ ਪੂਰੇ ਹੋ ਜਾਂਦੇ ਨੇ ਜਦੋਂ ਬੂਟਾ ਚੱਲਦਾ ਹੈ ਤਾਂ ਦੋ ਅੱਡੇ ਚੋਨੇ ਦਾ ਫਟਾਰਾ ਜਿਹੜਾ ਬਹੁਤ ਵਧੀਆ ਚੰਗਾ ਫਟਾਰਾ ਹੋਵੇਗਾ ਸੋਨੇ ਚੋਨੇ ਦੀ ਆਪਾਂ ਜਿਹੜੀ ਆ ਨੀਂ ਰੱਖਾਂਗੇ ਤਾਂ ਆਪਾਂ ਨੂੰ ਝਾੜ ਦੇ ਵਿੱਚ ਜ਼ਰੂਰ ਜਾ ਕੇ ਅੱਗੇ ਜਿਹੜਾ ਉਹ ਚੰਗਾ ਝਾੜ ਉਹ ਦੇਖਣ ਨੂੰ ਮਿਲੇਗਾ ਸੋ ਇਹ ਜਿਹੜਾ ਸ਼ਡਿਊਲ ਆ ਤੁਸੀਂ ਕਦੋਂ ਕਰਨ ਸਮੇਂ ਵਰਤ ਸਕਦੇ ਹੋ ਕਈ ਜ਼ਿੰਮੇਦਾਰ ਜਿਹੜੇ ਨੇ ਜ਼ਿਆਦਾਤਰ ਵਰਤੋਂ ਕਰਦੇ ਨੇ ਆਪਣੇ ਲਾਪਰੀ ਜਿਹੜੇ ਬਠਿੰਡੇ ਵਾਲੇ ਆਪਣਾ ਭਰਾ ਏ ਉਹ ਦੋ ਤਿੰਨ ਸਾਲ ਤੋਂ ਇਹਦੀ ਰੇਡ ਵਰਤੋਂ ਕਰਦੇ ਨੇ ਤੇ ਝਾੜ ਦੇ ਵਿੱਚ ਫਟਾਰੇ ਦੇ ਵਿੱਚ ਆਪਾਂ ਨੂੰ ਬਹੁਤ ਬਹੁਤ ਜ਼ਿਆਦਾ ਸੋਹਣੇ ਰਿਜ਼ਲਟ ਜਿਹੜੇ ਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਵੀ ਜਿਹੜੇ ਆ ਉਹ ਦੇਖਣ ਨੂੰ ਮਿਲੇ ਨੇ